स्प्रे पीऊंगा नहीं फोन दबाओ तीन कैमरे वाला स्कीम ही बड़ी वधिया होए डेरे बापू की उन्हें 20 लाख भैन के ब्याह भी लाएगा मेनू तो ए लगी जांदा भी फसल तो अपनी पहला मर गई ते की पैसे मैं खर्चा ते की ना करा जेड़ा कुछ होना सी देख ओ तां हो गया पर जवाब देना औखा चल की फसल घट हुई है की गल है मैं करके एक मैं ओदा नहीं पता लगता वो किधर नूं तुर गया रंग वाला लाया सी एक गाडी छड गया ਇਧਰਲੇ ਪਾਸੇ ਆ ਉਹ ਕਰ ਜਾਂਦਾ ਕੋਈ ਕੋਲੇ ਖੜਾ ਹੁੰਦਾ ਕੋਈ ਬਾਪੂ ਜੀ ਉਹ ਤਾਂ ਤੁਹਾਨੂੰ ਪਤਾ ਹੀ ਆ ਅਸਲ ਵਿੱਚ ਨਾ ਉਹ ਤਾਂ ਚੰਬੜ ਰਿਹਾ ਬਾਹਰ ਪਤਾ ਨਹੀਂ ਕਿਹੋ ਕਿਹੋ ਜੀਆਂ ਗੱਲਾਂ ਸੁਣ ਕੇ ਆਉਂਦਾ ਘਰੇ ਆ ਕੇ ਉਹੀ ਉਹ ਕਰੀ ਜਾਊਗਾ ਬਾਹਰ ਮਲੰਗਾ ਕੋਲੇ ਬੰਦਾ ਪੁੱਤ ਹੋਰ ਉਹਨੇ ਕੋਈ ਚਾਚੇ ਦੇ ਬੰਦੇ ਕੋਲੇ ਬੜਾ ਚੱਲਦੀ ਗੱਲ ਸੁਣ ਕਬੀਰਦਾਰੀ ਗੱਲ ਤੇ ਗੱਲ ਹੀ ਸੁਣਦਾ ਬਾਪੂ ਜੀ ਇੰਨਾ ਗੱਲਾਂ ਦਾ ਤਾਂ ਮੈਨੂੰ ਫਿਕਰ ਆ ਵੀ ਚੱਲ ਹੁਣ ਤਾਂ ਆਪਾਂ ਦੋਵੇਂ ਪਿਓ ਤੀ ਰਲ ਮਿਲ ਕੇ ਸਾਰਾ ਕੁਝ ਹਿਸਾਬ ਕਿਤਾਬ ਕਰ ਲੈਨੇ ਅੱਗੇ ਤੇ ਅੱਗੇ ਲੈ ਲੈਨੇ ਆ ਜਦੋਂ ਬਾਪੂ ਮੇਰਾ ਵਿਆਹ ਹੋ ਗਿਆ ਲਾਡੀ ਨੇ ਤਾਂ ਕੁਝ ਵੀ ਨਹੀਂ ਕਰਨਾ ਕੋਰੀ ਪੁੱਤ ਕੁਛ ਨਹੀਂ ਹੁੰਦਾ ਸਾਰਾ ਕੁਛ ਹੋਈ ਜਾਂਦਾ ਜਿਹਦੇ ਨਿੱਕੇ ਨਿੱਕੇ ਦੇ ਕੰਮ ਹੁੰਦੇ ਨੇ ਉਹਨਾਂ ਨੂੰ ਵੀ ਕਰਨੇ ਪੈਂਦੇ ਹੁੰਦਾ ਇਹਦਾ ਸੁਪਨਾ ਗੱਭਰੂ ਹੈ ਆਪੇ ਕਰੂਗਾ ਜਦੋਂ ਇਹ ਗੱਲ ਪੈਗੀ ਹੁਣ ਇਹਨੂੰ ਐ ਵੀ ਕੁੜੀ ਆਪਣੇ ਹਿਸਾਬ ਕਿਤਾਬ ਸਾਰਾ ਕਰ ਲੈਂਦੀ ਹੈ ਤੇ ਉਦੋਂ ਦੇਖੀ ਜਾਂਦੇ ਨੇ ਮੈਂ ਸਾਰ ਗੱਲ ਹੀ ਇਹਦੇ ਪਾਉਂਗਾ ਫਿਰ ਆਪੇ ਕਰੂਗਾ ਕੰਜਰ ਕਿਉਂ ਗੱਲ ਪੈ ਗਏ ਤੇ ਚਲ ਕੋਈ ਨਹੀਂ ਬਾਪੂ ਜੀ ਮੈਂ ਤੁਹਾਨੂੰ ਹੋਰ ਵੀ ਕਹਿੰਦੀ ਆ ਵੀ ਤੁਸੀਂ ਨਾ ਬਾਹਲਾ ਕਰਜ਼ਾ ਚੱਕ ਕੇ ਮੇਰਾ ਵਿਆਹ ਨਾ ਕਰੋ ਜਿੰਨਾ ਕੁ ਵੀ ਹੋਇਆ ਨਹੀਂ ਸਰਦਾ ਬਸ ਉਹਨਾਂ ਕੀ ਕਰਿਓ ਐ ਕਮਲੀ ਮੇਰੀ ਧੀ ਲੈ ਫਿਰ ਰੋਜ਼ ਤੇ ਬੱਜ ਪੈਸੇ ਲਾਉਣੇ ਨੇ ਐ ਮੈਨੂੰ ਇਹ ਗੱਲ ਜੇ ਛੋੜਾ ਕਰ ਘਰ ਪਤਾ ਤੈਨੂੰ ਕਹੇ ਜਾ ਕਹਾ ਮੁਰੇ ਮੈਂ ਉਸ ਕਿਚੇ ਹੀ ਲੈਣੀ ਹੈਗੀ ਇਹ ਜੀ ਗੱਲਾਂ ਨਾਲ ਤੂੰ ਸੋਚਿਆ ਕਰ ਦਿਮਾਗ ਚ ਕਰਜ਼ਾ ਚੱਕੇ ਕਰਜ਼ੇ ਦਾ ਕਿਉਂ ਬੰਦਾ ਤੈਨੂੰ ਹੁਣ ਦੱਸ ਕੇ ਦੇ ਮੈਂ ਥਾਲੀ ਵੇਲ ਦਾ ਬਾਪੂ ਜੀ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ ਫਿਰ ਵੀ ਇੰਨੇ ਪੈਸੇ ਆਪਾਂ ਕਿੱਥੋਂ ਲਾਹਾਂਗੇ ਬਾਅਦ ਚ ਓਏ ਦੋ ਝੋਟੀਆਂ ਪਲ ਗਏ ਨਾਲ ਨਾਲ ਗਏ ਸੁਖਣਾ ਮੁਰੇ ਆਏ ਸਾਲ ਤਾਂ ਨਹੀਂ ਫਸਲਾਂ ਮਰੀ ਜਣੀਆਂ ਮੁਰੇ ਫਸਲ ਲੱਗ ਗਈ ਇੱਕੇ ਵਾਰੀ ਲਾ ਦੂੰ ਸਾਰੇ ਤੇ ਮੈਂ ਇਹਨਾਂ ਦਾ ਫਿਕਰ ਨਾ ਕਰਾਂ ਮੇਰੇ ਚਿਹਰੇ ਜਿਹੜੀ ਚੀਜ਼ ਤੈਨੂੰ ਲੋੜ ਆ ਮੈਨੂੰ ਖੁੱਲੇ ਦਿਲ ਨਾਲ ਦੱਸ ਆਪਣੀ ਪਿਓਤੀ ਦੀ ਗੱਲ ਹੈ ਇਹ ਤੂੰ ਜਮੀ ਨਾ ਚੇਪੀ ਕਿਸੇ ਗੱਲ ਤੋਂ ਬਸ स्प्रे पीऊंगा नहीं फोन दबाओ तीन कैमरे वाला मारदा जाके बापू नूं मैं भी स्प्रे पीजूंगा नहीं तां करा मिर्चा चलो कोई नी बापू जी
चल कोई गल नहीं, माड़ा मोटा त्यार ना ला के करावे फिर ही होने कला किधर किधर मरूंगा की करूंगा। लिया फिर मैं तैयारी कराना, तू आया कर मेनू लीड़े कपड़े नु दे दे 25000 रुपया ठीक है। बूट ले आने 5-7000 दे महंगे बूट आणगे। ਡੂਡ ਲੱਖ ਦਾ ਫੋਨ ਆ ਉਹ ਕਾਲਾ ਲੈ ਕੇ ਆਇਆ ਉਹਦੇ ਕੋਲ ਦੇਖ ਕੇ ਆਇਆ ਉਹ ਫੋਨ ਲੈ ਕੇ ਨਾ ਤੂੰ ਉੱਕਾ ਉੱਕਾ ਮੈਨੂੰ 2 ਲੱਖ ਰੁਪਏ ਦੇ ਦੇ ਮੇਰਾ ਵਧੀਆ ਚੱਲ ਜੂਗਾ। ਦੇਖ ਲਓ ਬਾਪੂ ਜੀ ਇਹਨੂੰ ਸ਼ਰਮ ਸ਼ਰਮ ਕਿਉਂ ਨਹੀਂ ਪੂਰਾ ਸ਼ਰਮੀ ਇਹ ਜਵਾਬ ਨੂੰ ਇੰਨੀ ਵੀ ਨਹੀਂ ਪਾਉਂਦਾ ਕਿ ਚਾਹੀ ਇੰਨੀ ਵੀ ਸ਼ਰਮ ਵਾਲੀ ਕਿਹੜੀ ਗੱਲ ਆ ਬਾਪੂ। ਦੇਖ ਲੈ ਮੇਰੇ ਸਾਰੇ ਲੈ ਜੇ ਕੋਈ ਡੂਡ ਲੱਖ ਦੇ ਫੋਨ ਆ ਆ ਕੱਲਾ ਮੈਂ 10000 ਲੈ ਹੀ ਫਿਰਦਾ। ਉਹ ਕੰਜਰਾ 10000 ਆ ਥੋੜਾ ਕੋਈ ਜਵਾਕਾਂ ਕੋਲ 2-2 ਸਾਲ ਵੀ ਵਿੱਚ ਤੇਰੇ ਨਾਲ ਦਾ ਉਹਨਾਂ ਦੇ ਦੇਣੇਗਾ ਮੈਂ ਤੇਰੇ ਕੋਲ ਕੁਛ ਨਹੀਂ ਆ ਕਦੇ ਖੇਡਦਾ ਕਰਨਗੇ। ਅੱਜ 2 ਲੱਖ ਤੋਂ ਵੱਧ ਤਿਆਰੀ ਵਾਸਤੇ ਮੰਗ ਲਿਆ ਉਹਦੇ ਕੁੜੀ ਨੇ 6-7 ਮੰਗੇ ਤੇਰੇ ਕੋਲ ਆਹੀ ਲੱਗਦੇ ਅੱਜ ਕੱਲ ਆਪੂ ਪੁਰਾਣਾ ਟਾਈਮ ਲਿਆ ਰੁਪਏ ਦਾ ਆਹੀ ਲੱਗਦੇ ਆ। ਮੈਂ ਮੇਰੀ ਗੱਲ ਸੁਣ ਤੂੰ ਬਾਹਲਾ ਨਾ ਬੋਲ ਮੈਂ ਲਿਆਵੇਂ ਬਾਪੂ ਨੂੰ ਤੰਗ ਨਾ ਕਰ ਮੈਂ ਤੈਨੂੰ ਦੱਸਾਂ ਤੇਰੇ ਤਾਂ ਗਲਤ ਗੱਲ ਬਾਪੂ ਤੇਰੀ ਆਇਆ ਕੀ ਆ ਗਲਤ ਗੱਲ ਉਹਦੇ ਪੂਰਾ ਸਾਇਦਾਂ ਦਾ ਕੀ ਕਰਨੀ ਸੀ ਸਭ ਤੰਗ ਕਰਨ ਲੱਗ ਗਿਓ ਤੋ ਮੈਨੂੰ ਨਹੀਂ ਪਤਾ ਜੇ ਮੈਨੂੰ ਬਾਪੂ 2 ਲੱਖ ਰੁਪਏ ਦੇ ਦੂਗਾ ਤਾਂ ਠੀਕ ਆ ਨਹੀਂ ਤੇਰੇ ਵਿਆਹ ਹੋਣ ਤੋਂ ਪਹਿਲਾਂ ਮੈਂ ਸਪਰੇ ਪੀ ਕੇ ਮਰੂਗਾ ਮੈਂ ਸਪਰੇ ਪਾਈ ਵੀ ਪੀਆ ਚੇ ਜਾਣਾ ਪੀ ਲੈ ਉਹ ਕੱਪੜੇ ਮੇਰੇ ਦੇ कपड़े लियाऊंगा भैन का ब्याह देख लूंगा ना एक फोन लगे ना टूटा जा फोन मेरे को 10000 का ठीक है तो कहना मैं नहीं दिंदा जा कर लागी करना चुप कर लूगा जा 10 पूछ ला किन्ने दा आऊगा उहनां नूं फोन बेबे 2.5 लाख दा आऊगा बाबे मैं मर जाऊ 2.5 लाख की हुंदा 20 लाख भैन दे ब्याह ते वी लाएगा जिहड़ा उत्थे कम कह गया सी ना इह आ ले दुध पता मैं मर गया तेन शर्म नहीं आती दुध पैसे कट्ठे करके देनी है। बेबे मैं तेन दसदा ए जे अहीं करदा रहा मैं आपकी सगी भैन दे ब्याह नहीं आता। चल चंगा तू ना आई तू जमे ना आई बापू जी चलो मेरी गल सुनो मैं ना कम लेर देने कुड़िया तू हर चला बापू जी मेरी गल सुनो आ जाओ ना ना मगर ना लगो मैनू नी पता मैं बेबे तेन दसता मैं अज ही जाना बापू नू मना ला जे मना नहीं तो मैं बाहर ही रहूंगा सारी रात मैं हिंडा तो मरवाउण गिया भाई ਡਰਾਬੇ ਦਾ ਦੇਖ ਲੈਂਦਾ ਉਹਨੇ ਐਵੇਂ ਕੁੜੀ ਡਰ ਜੂਗੀ ਕਹਿ ਜੂਗੀ ਕੋਈ ਨੀ ਬਾਪੂ ਇੱਥੇ ਇਹਨੂੰ ਲਵਾ ਦੇ ਤਾਂ ਕਿ ਫਰਕ ਪੈਦਾ ਤੇ ਜੋ ਕੁੜੀ ਕਹੋ ਜਾ ਮੰਨਦੇ ਮੈਂ ਤੇ ਮੈਂ ਕਹਿੰਦੀ ਸੀ ਵੀ ਕੀ 2 ਲੱਖ ਰੁਪਏ ਦਾ ਵਿਆਹ ਚ ਗਿਣ ਲਾ ਦੇ ਉਹ ਟਿਕ ਜਾ ਰਹਿਣ ਦੇ ਜਾਂ ਪਰ ਮਾਰ ਕੇ ਉਹਨੂੰ ਵਿਆਹ ਚ ਗਿਣ ਲੈ ਕੇ 2 ਲੱਖ ਦਾ ਕੀ ਆ ਕੱਲ ਨੂੰ ਬਦਲ ਦੇ ਫੀਅਰ ਕਾਰ ਮੰਗੂਗਾ
मैं तेन आई कही सी जे ब्याह ना बढ़िया फिर भी अपनी बेइज्जती हो जूगी। कोई नी मैं हैप्पी नू नाल ले जूंगा, किधर नहीं बेइज्जती हुई, बसेरे बाहर ने मेरे को दस नौ लोगों ਵੀ ਉਹਦਾ ਭਾਈ ਨੌਕਰੀ ਦਾ ਕਾਗਜ਼ ਹੀ ਲਿਖਿਆ ਕੁਛ ਤੋਂ, ਅੱਜ ਅੱਜ ਦਿਨ ਨੀ ਪੇਪਰ ਦੇਣੇ ਸੀ, ਪੇਪਰ ਦੇਣ ਗਿਆ ਤਾਂ ਮੈਂ ਬਥੇਰੀਆਂ ਗੱਲਾਂ ਜਾਣ ਰਹੀ ਹਾਂ, ਪਰ ਉਹਨੂੰ ਚਿੱਤ ਲਾ ਲਿਆ ਲਿਆ ਬਸ ਵਿਆਹ ਤੂੰ ਲੈਣਾ ਉਸਦੇ ਤੋਂ ਕਹਿੰਦੇ ਤੈਨੂੰ ਹੌਸਲਾ ਦੂਜੇ ਪਾਸੇ ਕਰਾਉਣਾ, ਘਰ ਦਾ ਹੌਸਲਾ ਵੀ ਲੈਣਾ ਤੈਨੂੰ ਵਿਆਹ ਦਾ ਹੌਸਲਾ ਲੈਣਾ ਰਹਿਣਾ ਘਰ ਦਾ ਹੌਸਲਾ ਵੀ ਨੀ ਮਾਰਦੀ ਆ ਗੱਲਾਂ ਉਹਦੀ ਬਾਣੀ ਦੀ ਗੱਲ ਸੁਣ ਕੇ ਮਗਨੇ ਪੀਤੀ ਨਾ ਫਿਰ ਹੱਥ ਨੂੰ ਲੱਗ ਸੀ ਇਹ ਸੌਖੀਆਂ ਨੇ ਇਹ ਗੱਲਾਂ ਕਰਨੀਆਂ ਕਿਹੜੇ ਸੌਖਾ ਹੁੰਦਾ ਵੀ ਡਰਾਬੇ ਨਾਲ ਇਹਦਾ ਚੱਲ ਜੂਗਾ ਨਾ ਕਹਿੰਦੇ ਸਾਨੂੰ ਛੋਟੇ ਮੁੜਕੇ ਬੁੜੇ ਡਰਾ ਲੈਂਦੇ ਹੋ ਮੈਨੂੰ ਪਤਾ ਮਤਲਬ ਤੇਰਾ ਪਤਾ ਹੀ ਹੁਣ ਲੱਗਦਾ ਵੀ ਜਿਹੜੇ ਦੁੱਧ ਦੇ ਮੇਰੇ ਸਾਰੇ ਉਸ ਨੂੰ ਖੋਈ ਜਾਂਦੇ ਤੂੰ ਚੁੱਪ ਕਰਕੇ ਫਿਰ ਮੈਂ ਕਿਹਾ ਕਿੱਧਰ ਜਾਂਦੇ ਭੈਣ ਦਸ ਗੱਲਾਂ ਹਜ਼ਾਰ ਦਾ ਦੁੱਧ ਧੋਣਾ ਦੱਸ ਦਿਆ ਤੇ ਜਾਂਦਾ ਕਿੱਧਰ ਹੈ ਐ ਨੀ ਪਤਾ ਦਿੱਤਾ ਉਹ ਲੈਤਾ ਉਹ ਦਿੱਤਾ ਉਹ ਮੈਂ ਕਹਿੰਦੀ ਸੀ ਬਰਾਤਰੀ ਦਾ ਟਾਈਮ ਪਾਸ ਹੋ ਜੇ ਮੈਨੂੰ ਲੋੜ ਨਹੀਂ ਬਰਾਤਰੀ ਤੂੰ ਦੱਸ ਤੂੰ ਕਰਨਾ ਤੇ ਤੇਰਾ ਕਿਵੇਂ ਲੱਗਦਾ ਉਵੇਂ ਤੂੰ ਕਰ ਲੈ ਅਸੀਂ ਤਾਂ ਦੋਵੇਂ ਪਿਓ ਤੇ ਸਾਥ ਲਾਂਗੇ ਤੂੰ ਕਰ ਜਿਵੇਂ ਕਰਦੀ ਹੈ ਗਵਾਂਢੀ ਦੇ ਮੁੰਡੇ ਨਾਲ ਕਿਸੇ ਜਾਂਦੇ ਨੇ ਰੀਸ ਕਰੀ ਵੀ ਉਹ ਸੁਨੇਹਾ ਜਾਂਦਾ ਮੈਂ ਉਦੋਂ ਪਹਿਲਾਂ ਜਾਵਾਂ ਕਦੇ ਖੇਤ ਨੂੰ ਗਿਆ ਇੱਕ ਦਿਨ ਕਿਸੇ ਕੰਮ ਨੂੰ ਕਹਿੰਦਾ ਸੱਪ ਲੜ ਜਾਂਦਾ ਕੀ ਪਤਾ ਨੀ ਜਾਣਾ ਇਹ ਜਿਹਾ ਕਾਹਤੋਂ ਨਿਕਲਿਆ ਹੈਗਾ ਆਪਾਂ ਤਾਂ ਬਥੇਰਾ ਕੰਮ ਕਰਦੇ ਸੀਗੇ ਤੇਰੇ ਜਿਹੜੇ ਦੁੱਧ ਦੇ ਗੋਚੇ ਦੇ ਰੁਪਇਆਂ ਨਾਲ ਨਿਕਲਿਆ ਆ ਮੈਨੂੰ ਪਤਾ ਹੀ ਹੁਣ ਲੱਗਦਾ ਤੇਰੇ ਗੋਚੇ ਦੇ ਰੁਪਇਆਂ ਨੇ ਕੱਢਿਆ ਉਹਦੀ ਜੜ ਤੇ ਨਾ ਰੁਪਇਆਂ ਨੇ ਕੱਢੀ ਆ ਤੀਵੀਆਂ ਪੜਦੀਆਂ ਹੋਈਆਂ ਤੀਵੀਆਂ ਜਵਾਕਾਂ ਨੂੰ ਮਰੂਗਾ ਮੈਂ ਹੁਣ ਤਾਂ ਧਰਦੀ ਮੂਹਰੇ ਲੈ ਗਲਾਸ ਚ ਪਾ ਕੇ ਦਿੰਦਾ ਸੀ ਯਾਰ ਅੱਛਾ ਯਾਰ ਬੜਾ ਕੰਬਾ ਬੁੜਾ ਸਾਡਾ ਇੱਕ ਰੁਪਇਆ ਨੀ ਦੇ ਕੇ ਰਾਜੀ ਮੈਨੂੰ ਤਾਂ ਸਾਡਾ ਤਾਂ ਮਿੰਟ ਲਾਇਆ ਫਿਰ ਤਾਂ ਮੇਰੇ ਤਾਂ ਮੂਹਰੇ ਵੀ ਨੀ ਧਰੇ ਜਮਾ ਹੀ ਯਾਰ ਫਿਰ ਜਮਾ ਲੱਸੀ ਕਰਦੀ ਬਈ ਮੇਰੀ ਗੱਲ ਸੁਣ ਮੈਂ ਤਾਂ ਐਂ ਕਿਹਾ ਮੈਂ ਤਾਂ ਚਾਰ ਦਿਨ ਘਰੇ ਨੀ ਵੜਦਾ ਜੇ ਮੈਨੂੰ ਫੋਨ ਨੀ ਦਵਾਉਂਦੇ ਬੇਬੇ ਨੂੰ ਵੀ ਕਿਹਾ ਮੈਂ ਕਿਹਾ ਮੈਂ ਤਾਂ ਜਾਣਾ ਮੈਂ ਨੀ ਘਰੇ ਘੁਰੇ ਆਉਂਦਾ ਬਈ ਮੈਨੂੰ ਐਂ ਦੱਸ ਚਾਰ ਦਿਨ ਆ ਜਾਓ ਰੱਖ ਲਏ ਆ ਪੰਜ ਦਸ ਦਿਨ ਰਹਿ ਯਾਰ ਹਾਂ ਠੀਕ ਆ ਆਪਣੀ ਲਿਆ ਜਾ ਇੱਥੇ ਗੱਲ ਕਰਕੇ ਆਈਫੋਨ ਲੈ ਕੇ ਫੇਰ ਹੀ ਘਰੇ ਵੜਨਾ ਕੋਈ ਗੱਲ ਚਾਰ ਦਿਨ ਸਾਡੇ ਕੋਲ ਰਹੇਗਾ ਡੈਡੀ ਆਪੇ ਬੋਲਾ ਬਈ ਬੈਲ ਆਈਕਨ ਜਰੂਰ ਦਬਾ ਲਿਆ ਕਰੋ ਤਾਂ ਜੋ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ।